ਵਾਹੀ ਗਿਊਜੀ ਦਾ ਖਾਲਾ ਸ਼ਿਵਾਹੀ ਗਿਊਜੀ ਕੀ ਪਤੀ ਪਰ ਇਹ ਹੱਥ ਪੈਰ ਧੰਦੇ ਪਾਣੀ ਤੋਤੇ ਉਤਰਸਖੀ ਮੂਤ ਪਲੀਤੀ ਕੱਪੜ ਹੋ ਦੇ ਸਾਬਣ ਲਈਏ ਓਤੋਏ ਲਈਏ ਓਤੋਏ ਹੱਥ ਪੈਰ ਸਰੀਰ ਪਿੰਡਾ ਲਿਬੜ ਜਾਂ ਤਾਂ ਪਾਣੀ ਨਾਲ ਧੋਤੇ ਮਿੱਟੀ ਲੈ ਜਾਂਦੀ ਕਪੜਾ ਪਸ਼ਾਬ ਨਾਲ ਗੰਦਾ ਹੋ ਜਾਵੇ ਤਾਂ ਸਾਬਨ ਨਾਲ ਧੁੱਤਿਆ ਲਹਿ ਜਾਂਦਾ ਹੈ ਪਰ ਇਹ ਮਤ ਪਾਪਾ ਕੇ ਸੰਗ ਉਹ ਧੁੱਪੇ ਨਾ ਵੀ ਕੇਰਨ ਜੇਕਰ ਅਥੰਕਰ ਪਾਪਾ ਨਾਲ ਮੈਲਾ ਹੋ ਜਾਵੇ ਤਾਂ ਹਰੀ ਦੇ ਨਾਮ ਦੀ ਪ੍ਰੀਤ ਨਾਲ ੁੱਟਤਾ ਜਾਂਦਾ ਹੈ ਪੁੰਨੀ ਪਾਪੀ ਅੱਖ ਨਹੀਂ ਪੁੰਨੀ ਤੇ ਪਾਪੀ ਕੇਵਲ ਕਹਿਣ ਮਾਤਰ ਨਹੀਂ ਕਰ ਕਰ ਕਰਨਾ ਲਿਖ ਲਿਆ ਜਾਵੇ ਕਰਮ ਕਰ ਕਰਕੇ ਤੁਸੀਂ ਆਪਣੇ ਨਾਲ ਲਿਖ ਕੇ ਲੈ ਜਾਂਦੇ ਹੋ ਆਪੇ ਬੀਜ ਆਪੇ ਹੀ ਖਾਓ ਆਪ ਹੀ ਬੀਜਦੇ ਹੋ ਤੇ ਆਪ ਹੀ ਖਾਂਦੇ ਹੋ ਨਾਨਕ ਹੁਕਮਿ ਆਵਹ ਜਾ ਹੈ ਨਾਨਕ ਜੀ ਰੱਬ ਦੇ ਹੁਕਮ ਵਿੱਚ ਆਉਂਦੇ ਹਨ ਤੇ ਜਾਂਦੇ ਵੀ ਹਨ ਤੀਰਥ ਤਪ ਦਇਆ ਤਦਦਾਨ ਜੇ ਕੋ ਪਾਵੇ ਤਿਲਕਾ ਮਾਨ ਜੇ ਕਿਸੇ ਨੂੰ ਪ੍ਰਭੂ ਦੇ ਨਾਮ ਦਾ ਜਰਾ ਵੀ ਮਾਨ ਮਿਲ ਜਾਏ ਤਾ ਸਮਝੋ ਕਿ ਉਸ ਨੂੰ ਤੀਰਥਾਂ ਦੇ ਇਸ਼ਨਾਨ ਮਿਲ ਗਏ ਹਨ ਸੁਨਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥਮਲ ਨਾਮ ਜੇ ਕਿਸੇ ਨੇ ਨਾਮ ਸੁਨਿਆ ਹੈ ਮੰਨਿਆ ਹੈ ਤੇ ਮਨ ਵਿੱਚ ਪਿਆਰ ਕੀਤਾ ਹੈ ਉਸ ਦਾ ਵਰਤਨ ਇਹ ਹੁੰਦਾ ਹੈ ਅੰਤਰ ਆਤਮੇ ਤੀਰਥ ਵਿੱਚ ਮਲ ਮਲ ਕੇ ਨਹਾਉਣ ਦੇ ਬਰਾਬਰ ਹੈ ਸਭ ਗੁਣ ਤੇਰੇ ਮੈਂ ਨਹੀਂ ਕੋਈ ਸਭ ਚੰਗਿਆਈਆਂ ਤੇਰੀਆਂ ਹੀ ਹਨ ਮੇਰੇ ਵਿੱਚ ਕੋਈ ਗੁਣ ਨਹੀਂ ਹਨ ਵਿਨਗੁਣ ਕੀਤੇ ਭਗਤ ਨ ਹੋਈ ਚੰਗਿਆਈਆਂ ਗ੍ਰਹਿਣ ਕੀਤੇ ਬਿਨਾ ਸੱਚੀ ਭਗਤੀ ਹੋ ਜਾਂਦੀ ਹੈ ਸਵਾਸ ਤੱਤ ਬਾਣੀ ਬਰਮਾਓ ਜੈ ਹੋਵੇ ਉਸ ਦੀ ਜੋ ਆਪੇ ਮਾਇਆ ਆਪੇ ਬਾਣੀ ਤੇ ਆਪੇ ਹੀ ਬਰਮਾ ਹੈ ਸਤ ਸੁਹਾਨ ਸਦਾ ਮਨ ਚਾਓ ਉਹ ਸਦਾ ਥਿਰ ਰਹਿਣ ਵਾਲਾ ਹੈ ਸੋਹਣਾ ਹੈ ਤੇ ਉਸ ਦੇ ਅੰਦਰ ਸਦਾ ਖੇੜਾ ਹੈ ਕਮਨ ਛੇ ਵੇਲਾ ਵਖਤ ਕਮਨ ਕਮਨ ਥਿੱਤੀ ਕਮਨ ਵਾਰ ਕਮਨ ਸੀ ਰੁੱਤ ਮਹਾ ਕਮਨ ਹੋਆ ਅਕਰ ਜਦੋਂ ਸ੍ਰਿਸ਼ਟੀ ਦੀ ਰਚਨਾ ਹੋਈ ਤਦੋਂ ਕੀ ਵੇਲਾ ਸੀ ਕਿਹੜਾ ਥਿੱਤ ਸੀ ਤੇ ਕਿਹੜਾ ਦਿਹਾੜਾ ਸੀ ਤਦੋਂ ਕਿਹੜੀ ਰੁੱਤ ਸੀ ਤੇ ਕਿਹੜੇ ਮਹੀਨਾ ਸੀ ਵੇਰ ਨਾ ਪਾਇਆ ਪੰਡਤੀ ਜੀ ਹੋਵੇ ਲੇਖ ਕੁਰਾਨ ਪੰਡਤਾਂ ਨੇ ਉਸ ਵੇਲੇ ਨੂੰ ਨਹੀਂ ਜਾਣਿਆ ਭਾਵੇਂ ਇਸ ਦੇ ਬਾਰੇ ਪੁਰਾਣਿਕ ਲੇਖਾਂ ਵਿੱਚ ਵੀ ਲਿਖਿਆ ਹੋਵੇ। ਥਿੱਤ ਵਕਤ ਨ ਪਾਈਓ ਕਾਦੀ ਆ ਜੀ ਲਿਖਣ ਲੇਖ ਕੁਰਾਨੇ। ਕੁਰਾਨ ਨਾ ਹੀ ਕਾਜ਼ੀਆਂ ਨੇ ਜਾਣਿਆ ਹੈ ਜੋ ਕਿ ਕੁਰਾਨ ਦੀ ਲਿਖਤ ਲਿਖਦੇ ਹਨ। ਥਿੱਤ ਵਾਰ ਨਾ ਜੋਗੀ ਜਾਣੇ ਰੁੱਤ ਮਹਾਨਾ ਕੋਈ। ਕੋਈ ਜੋਗੀ ਵੀ ਐਸੀ ਥਿੱਤ ਤੇ ਨਹੀਂ ਵਾਰ ਨਹੀਂ ਜਾਣਦਾ। ਅਤੇ ਨਾ ਹੀ ਕੋਈ ਮਹੀਨਾ ਤੇ ਨਾ ਹੀ ਰੁੱਤ ਜਾਣਦਾ ਹੈ ਜਾ ਕਰਤਾ ਸੀ ਠੀਕ ਉਹ ਸਾਜੇ ਆਪੇ ਜਹਾਨੇ ਸੋਈ ਉਹ ਵੇਲਾ ਜਦੋਂ ਸਿਰਜਣਹਾਰ ਸ੍ਰਿਸ਼ਟੀ ਨੂੰ ਰਚਦਾ ਹੈ ਉਹ ਆਪ ਹੀ ਜਾਣਦਾ ਹੈ ਕਿਵ ਕਰੀ ਆਖਾ ਕਿਵ ਸਲਾਹੀ ਕਿ ਉਹ ਵਰਨੇ ਕਿਵ ਜਾਣਾ ਮੈਂ ਕਾ ਤਾਰ ਨੂੰ ਕਿੰਜੇ ਅੱਖਾਂ ਉਸ ਦੀ ਕਿਵੇਂ ਸਿਫਤ ਕਰਾਂ ਉਸ ਨੂੰ ਕਿੱਦਾਂ ਬਿਆਨ ਕਰਕੇ ਕਿਵੇਂ ਸਮਝਾਵਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ। ਹੇ ਨਾਨਕ ਕਹਿਣ ਨੂੰ ਤਾਂ ਹਰ ਕੋਈ ਆਖਦਾ ਹੈ ਕਿ ਇੱਕ ਇੱਕ ਤੋਂ ਵੱਧ ਸਿਆਣਾ ਹੈ। ਵੱਡਾ ਸ ਹੈਵ ਅ ਡੀਨਾਈ ਕੀਤਾ ਜਾ ਕਾ ਹੋਵੇ। ਉਹ ਮਾਲਿਕ ਵੱਡਾ ਹੈ ਤੇ ਉਸ ਦੀ ਵਡਿਆਈ ਵੀ ਬਹੁਤ ਵੱਡੀ ਹੈ। ਜਿਸ ਦਾ ਕੀਤਾ ਸਭ ਕੁਝ ਹੁੰਦਾ ਹੈ। ਹੇ ਨਾਨਕ ਤੂੰ ਸਦਾ ਕਿਰਪਾ ਕਰੀ। ਨਾਨਕ ਜੇ ਕੋ ਆਪੋ ਜਾਣੇ ਆਗੇ ਗਿਆਨਾ ਸੋਈ ਹੈ ਨਾਨਕ ਜੇਕਰ ਕੋਈ ਆਪਣੇ ਆਪ ਨੂੰ ਕਰਨ ਯੋਗ ਸਮਝਦਾ ਹੈ ਤਾਂ ਉਹ ਰੱਬ ਦੀ ਤਰਗਾਹ ਵਿੱਚ ਚੰਗਾ ਨਹੀਂ ਲੱਗੇਗਾ ਪਤਾਲ ਅਪਤਾਲ ਲਖ ਅਗਾਸਾ ਅਗਾਸ ਪਤਾਲ ਹੇਠਾਂ ਬਹੁਤ ਹਨ ਤੇ ਉੱਪਰ ਵੀ ਲੱਖਾਂ ਹੀ ਹਨ ਉੱਡ ਡੱਕ ਡੱਕ ਪਾਲ ਥੱਕੇ ਵੇਦ ਕਹਿੰਨ ਇਕ ਬਾਤ ਉਹਨਾਂ ਹੱਦ ਬੰਨਣਾ ਲੱਭ ਕੇ ਡੂੰਡ ਡੂੰਡ ਕੇ ਵੇਦ ਵੀ ਥੱਕ ਗਏ ਹਾਂ ਤੇ ਕੋਈ ਗੱਲ ਆਖਦੇ ਹਨ ਕਿ ਅਸੀਂ ਤਾਂ ਹਫ ਗਏ ਹਾਂ ਸੈਸ 18 ਇਹਨ ਕਤੇਬਾ ਉਸੂਲ ਇਕਤਾਤ ਪੱਛਮੀ ਕਿਤਾਬਾਂ ਆਖਦੀਆਂ ਹਨ ਕਿ ਕੁੱਲ 18000 ਆਲਮ ਹਨ ਜਿਨ੍ਹਾਂ ਦਾ ਮੁੱਢ ਇੱਕ ਪਰਮਾਤਮਾ ਹੀ ਹੈ ਲੇਖਾ ਹੋਏ ਤਾਂ ਲਿਖੀਏ ਲੇਖੇ ਹੋਏ ਵਿਨਾਸ਼ ਸ੍ਰਿਸ਼ਟੀ ਦਾ ਰਚਨਾ ਦਾ ਜੇ ਕੋਈ ਲੇਖਾ ਹੋ ਸਕਦਾ ਹੈ ਹੋਵੇ ਤਾਂ ਇਹ ਲੇਖਾ ਲਿਖੀਏ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਹੈ ਨਾਨਕ ਰੱਬ ਨੂੰ ਵੱਡਾ ਹੀ ਆਖਣਾ ਬਣਦਾ ਹੈ ਉਹ ਆਪ ਹੀ ਆਪਣੇ ਆਪ ਨੂੰ ਜਾਣਦਾ ਹੈ ਸਲਾਹੀ ਸਲਾਹੀ ਇਤੀ ਸਤ ਨ ਪਾਇਆ ਸਲਾਹਣ ਵਾਲੇ ਸਹਿਬ ਦੀ ਸਲਾਗਾ ਕਰਦੇ ਹਨ ਪਰ ਉਹਨਾਂ ਦੀ ਇਤਨੀ ਉਹਨਾਂ ਇਤਨੀ ਸੋਚੀ ਪ੍ਰਾਪਤ ਨਹੀਂ ਕੀਤੀ ਨਦੀਆ ਤੇ ਵਾ ਪਾਵੇ ਸਮੁੰਦਰ ਨ ਜਾਣੀ ਹੈ ਜਿਵੇਂ ਨਦੀਆਂ ਤੇ ਨਾਲ ਸਮੁੰਦਰ ਵਿੱਚ ਪੈ ਜਾਂਦੇ ਹਨ ਪਰ ਉਸ ਦਾ ਥੋਂ ਨਹੀਂ ਸਮਝਦੇ ਸਮੁੰਦਰ ਸਾ ਸੁਲਤਾਨ ਗਹਿਰਾ ਸੇਤੀ ਮਾਲਤਨ ਸਮੁੰਦਰ ਵਰਗੇ ਵੱਡੇ ਛਾ ਪਾਦਸ਼ਾ ਜਿਨ੍ਹਾਂ ਦੀ ਸਪਤੀ ਖਜ਼ਾਨੇ ਪਹਾੜਾਂ ਜਿੰਨੇ ਹਨ ਕਿਹੜੀ ਤੁਲਨਾ ਹੋਮਨੀ ਜੇ ਤਿਸ ਮਨੋ ਨਾ ਵਿਸਰੈ ਐਸੀ ਐਸੇ ਉਸ ਕੀੜੀ ਦੇ ਦਰਬਾਰ ਵੀ ਨਹੀਂ ਹਨ جس نو اے پربھو توں دلوں نہیں وِساردا واہِ گرو جی کا خالسا سری واہِ گرو جی کی فتی واہِ گرو جی کا خالسا سری واہِ گرو جی کی فتی پیارے 사త్సنگت جی ویڈیو نوں لائک شیئر تے کمنٹ ضرور کرو نال ہی سبسکرائب کر کے بیل نال آئیکن ضرور دباؤ ویڈیو نوں شیئر ضرور کرو تاں جو ਸਭ ਨਾਲ ਹੀ ਸਬਸਕ੍ਰਾਈਬ ਕਰੋ ਤਾਂ ਤਾਂ ਜੋ ਸਾਡੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ